ਇਹ 1.5 ਕਿਲੋ ਪਾਵਾਂਗੇ ਨਾ ਪਹਿਲਾਂ, ਫਿਰ 1.5 ਕਿਲੋ ਬਾਅਦ ਚ ਫਿਰ ਪਾਵਾਂਗੇ। ਇਹ 1.5 ਕਿਲੋ ਵਧਣਾ। ਇਹ ਕਿੰਨਾ ਕਿੰਨਾ ਇਹਦੇ ਨਿਕਲੇਗਾ ਤੇਲ? 1.5 ਕਿਲੋ ਆਪਾਂ 3 ਕਿਲੋ ਪਾਣਾ ਤੇ ਐਵਰੇਜ। ਹੀਟਰ ਚਲਾਓ ਜੀ, ਇੱਕ ਮਿੰਟ ਇੱਧਰ ਫੇਰ ਲਿਆ। ਬਸ ਪਾਈ ਜਾਂਦਾ ਹੀਟਰ, 200 ਦੇ ਬੰਨੇ ਆਇਆ। ਠੀਕ ਹੈ, ਹੁਣ ਇਹਦਾ ਤੜਾ ਕਰਨ ਲੱਗੇ ਆ, ਆਹ ਦੇਖ ਲਾ, ਤਾਂ ਕਿ ਫਿਰ ਤੇਲ ਦੀ ਐਵਰੇਜ ਦਾ ਪਤਾ ਲੱਗ ਜਾਵੇ। 0 ਹੋ ਗਿਆ। ਠੀਕ ਹੈ, ਠੀਕ ਹੋ ਗਿਆ। ਇਹਦਾ ਵਾ 1056 ਵਜ਼ਨ। ਹੀਟ ਆ ਜਾਏਗੀ ਨਾ, ਹੀਟ ਆ ਇਹਦੀ ਸਪੀਡ ਆ। ਠੀਕ ਹੈ, ਜਿੰਨੀ ਮਰਜ਼ੀ ਕਰ ਲਓ, 60 ਤੱਕ ਜਾਂਦੀ ਸਪੀਡ, ਹੀਟਰ 50 ਤੱਕ ਜਾਵੇ। ਦੇਸੀ ਤਰੀਕਾ ਇੱਦਾਂ ਚੈੱਕ ਕਰਨ ਦਾ, ਇਹਦੀ ਨੋਜ਼ਲ ਆ ਬਰੀਕ ਸਰੋਂ ਕੱਢਣ ਵਾਲੀ, ਇਹਦੀ ਹੋਰ ਹੁੰਦੀ ਆ ਨਾਰੀਅਲ ਦੀ ਕੱਢਣ। 3 ਨੋਜ਼ਲਾ ਨਾਰੀਅਲ ਤੇ ਫੁੱਲ ਵੱਡੀ ਲੱਗੇਗੀ ਇਹ ਵਾਲੀ, ਤੇ ਬਦਾਮਾਂ ਤੇ ਇਹ ਵਾਲੀ। ਸਹੀ, ਵਾਈਏ ਲੰਗ ਜਾ ਤੇ ਨਹੀਂ ਤੇ ਫੋਟੀ ਆ ਉਹ ਕੁਛ ਨਹੀਂ, ਸਰੋਂ ਤੇ ਚੱਲ ਜਾਣਾ। ਅੱਛਾ, ਇਹ 50 ਚਾਹੀਦਾ ਹੁੰਦਾ, ਯਾਨੀ ਕਿ ਔਰ ਮਜ਼ੇ ਦੀ ਗੱਲ ਹੈ ਕਿ ਇਹਨੂੰ ਪਾਣੀ ਨਹੀਂ ਲੱਗਾ, ਬਗੈਰ ਪਾਣੀ ਤੋਂ ਖੁਸ਼ਕ ਸਰੋਂ। ਖੁਸ਼ਕ ਸਰੋਂ ਆ ਇਹ, ਮਤਲਬ ਜਿਹੜਾ ਵੀ ਤੁਸੀਂ ਕੱਢੋਗੇ ਬਦਾਮ ਦਾ ਕੱਢੋ, ਮਰਜ਼ੀ ਕੱਢੋ, ਪਾਣੀ ਨਹੀਂ ਲਾਣਾ ਇਸ ਨੂੰ। ਸਹੀ ਹੈ, ਪਾਣੀ ਲਾਉਣ ਪਾਣੀ ਨਹੀਂ ਲਾਉਣਾ ਪੈਂਦਾ ਇਹਦਾ, ਇਹ ਜਦੀਦ ਤਰੀਕਾ ਹੈ। ਔਰ ਇਹ ਸਾਲਣ ਪਕਾਉਣ ਦੇ ਹਰ ਚੀਜ਼ ਦੇ, ਦਵਾਈਆਂ ਦੇ, ਅਦਵਿਆਤ ਦੇ ਬਹੁਤ ਕੰਮ ਆਉਂਦਾ। ਇਹ ਮੋਟਰ ਦੇ ਬਾਰੇ ਦੱਸੋ ਜੀ, ਇਹ ਕਿੰਨੇ ਹਾਰਸ ਪਾਵਰ ਦੀ? 3 HP ਦੀ ਆ, ਇਨਵੇਟਰ ਇਹਦਾ 6 ਦਾ, 6 ਇਨਵੇਟਰ ਇਹਦਾ 6 ਦਾ ਹੈ। ਸਹੀ ਹੈ, ਭਾਈ ਖੁਦ ਤਿਆਰ ਕਰਦੇ ਆ? ਹਾਂ, ਇਹ ਭਾਈ ਖੁਦ ਤਿਆਰ ਕਰਦੇ ਆ। SCW ਜਰਮਨੀ ਦੀ ਮੋਟਰ ਹੈ, ਇਹ ਬਾਹਰੋਂ ਇੰਪੋਰਟ ਕਰ ਆਉਂਦੇ ਨੇ ਸਮਾਨ ਸਾਰਾ, ਫਿਰ ਆਪ ਰੰਗ ਮਾਰ ਕੇ ਇਹਨੂੰ ਫਿਰ ਅੱਗੋਂ ਸਾਰਾ ਤਿਆਰ ਕਰਦੇ ਨੇ ਆਪ। ਐ ਕੰਟੈਕਟ ਨੰਬਰ ਤੁਹਾਡਾ? ਐ ਨੰਬਰ ਭਾਈ ਦਾ ਜੀ, ਬਾਰ ਬਾਰ ਉਹ ਪਿਛਲੀ ਵੀਡੀਓ ਜਦੋਂ ਅਸੀਂ ਬਣਾਈ ਸੀ ਨਾ ਮਿਨੀ ਸਪੈਲਰ ਦੀ, ਬਾਰ ਬਾਰ ਪੁੱਛਦੇ ਸੀ ਵੀ ਯਾਰ ਸਾਨੂੰ ਨੰਬਰ ਦਿਓ ਕਿਹੜੀ ਜਗ੍ਹਾ ਤੇ ਮਿਲਦੇ ਆ। ਹਾਂ, ਪਹਿਲੀ ਵੀਡੀਓ ਜਿਹੜੀ ਬਣਾਈ ਸੀ ਲੁਕਮਾਨ ਭਾਈ, ਉਹ ਵੀਡੀਓ ਦੇ ਵਿੱਚ ਵੀ ਦਿੱਤਾ ਹੋਇਆ ਸੀ, ਤੁਹਾਡਾ ਨੰਬਰ ਵੀ ਦਿੱਤਾ ਹੋਇਆ ਸੀ ਤੇ ਤੁਹਾਡੀ ਸ਼ਕਲ ਵੀ ਦਿੱਤੀ ਹੋਈ ਸੀ, ਇਹ ਵੀ ਦੱਸਿਆ ਹੋਇਆ ਸੀ ਵੀ ਹਿਕਮਤ ਦੇ ਬੇਤਾਜ ਬਾਦਸ਼ਾਹ, ਔਰ ਵਾਕਈ ਬੇਤਾਜ ਬਾਦਸ਼ਾਹ। ਔਰ ਇਸ ਵੀਡੀਓ ਦੀ ਇੱਕ ਹੋਰ ਬੜੀ ਵੱਡੀ ਖੂਬੀ ਹੈ ਜਿਹੜੀ ਇਹਨਾਂ ਨੂੰ ਬਣਾਉਣ ਵਾਲਿਆਂ ਨੂੰ ਨਹੀਂ ਪਤਾ, ਤੁਸੀਂ ਕਿਸੇ ਵੀ ਜੜੀ ਬੂਟੀ ਦਾ ਪਾਣੀ ਇਸ ਮਸ਼ੀਨ 'ਚ ਕੱਢ ਸਕਦੇ ਹੋ, ਕਿਸੇ ਵੀ ਜੜੀ ਬੂਟੀ ਦਾ ਪਾਣੀ। ਸਹੀ, ਸਫੈਦੇ ਦੇ ਪੱਤਿਆਂ ਦਾ, ਨਿੰਮ ਦੇ ਪੱਤਿਆਂ ਦਾ, ਕਿਸੇ ਚੀਜ਼ ਦਾ ਵੀ ਪਾਣੀ ਨਾ, ਮਤਲਬ ਇਹ ਤਾਂ ਬਣਾਉਂਦੇ ਆ, ਇਸਤੇਮਾਲ ਸਹੀ ਤੂੰ ਕਰਦਾ ਇਸ ਮਸ਼ੀਨ ਦਾ। ਇਹਨੂੰ ਮੈਂ 5 ਸਾਲ ਚਲਾਇਆ, ਸਹੀ 5 ਸਾਲ, ਛੋਟਾ ਸਪੈਲਰ ਚਲਾਇਆ, ਫਿਰ ਆਹ ਵੱਡੀ ਮਸ਼ੀਨ ਲੈ ਗਿਆ। ਇਹ ਦੇਖੋ 52 ਤੇ ਚਲਾ ਗਿਆ, ਚਲਾ ਦੇ ਚਲਾਓ ਜੀ, ਬਿਸਮਿਲ੍ਲਾ ਪੜ੍ਹ ਕੇ ਚਲਾਓ ਜੀ। ਇੱਥੋਂ ਤੇਲ ਆਉਣਾ ਜੇ, ਠੀਕ ਹੈ, ਦੂਸਰਾ ਪੇਜ ਰੱਖੋ ਜੀ, ਲੰਮੀ ਦੂਰ ਕਰਾਂਗੇ, ਲੰਮੀ ਸਪੀਡ ਨਹੀਂ ਹਲੇ ਨਹੀਂ ਬਾਹਰ। ਇਹਦੇ ਕੋਲ ਖਲ ਆਏਗੀ ਪਹਿਲਾਂ ਥੋੜ੍ਹਾ ਜਿਹਾ, ਪਹਿਲਾਂ ਕੱਚੀ ਇਹਨੇ ਆਉਣੀ ਖਲ, ਉਸ ਤੋਂ ਬਾਅਦ ਫਿਰ ਖਲ ਆਉਣੀ ਸ਼ੁਰੂ ਹੋ ਜਾਣੀ, ਇੱਥੋਂ ਤੇਲ ਆਉਣਾ ਸ਼ੁਰੂ ਹੋ ਜਾਣਾ। ਇਹ ਦੇਖੋ ਖਲ ਆਉਣੀ ਸ਼ੁਰੂ ਹੋ ਗਈ, ਇਹ ਚੁੱਕ ਇੱਕ ਵਾਰੀ ਫਿਰ ਪਾ ਦਾਂਗੇ ਵਿੱਚ, ਤੇਲ ਇੱਕ ਵਾਰੀ ਚ ਇਹਨੇ ਕੱਢਣਾ। ਇਹ ਜਿਹੜੇ ਖਲ ਆਉਂਦੀ ਦੁਬਾਰਾ ਨਹੀਂ ਵਿੱਚ ਪਾਣੀ ਆਉਂਦੀ? ਨਹੀਂ, ਇਹ ਨਹੀਂ ਪਾਣੀ, ਇਹ ਸਿਰਫ ਦਾਣਾ ਇੱਕ ਵਾਰੀ, ਮਤਲਬ ਗੁੰਜਾਇਸ਼ ਛੱਡਦੀ ਨਹੀਂ। ਹਾਂ, ਮੈਂ ਗੁੰਜਾਇਸ਼ ਨਹੀਂ ਛੱਡਦੀ, ਪਾਣਾ ਇੱਕ ਵਾਰੀ ਹੈ, ਤੇਲ ਕੱਢਣਾ ਸ਼ੁਰੂ ਕਰ ਦਿੰਦੀ ਹੈ। ਇਹ ਤੇਲ ਵੀ ਇੱਧਰ ਆਈ ਜਾਂਦਾ? ਨਹੀਂ, ਪਹਿਲਾਂ ਪਹਿਲਾਂ 1-2 ਕਤਰੇ ਆਉਂਦੇ ਆ, ਉਸ ਤੋਂ ਬਾਅਦ ਤੇਲ ਨਹੀਂ ਆਉਂਦਾ, ਖਲ ਸੁਕਾ ਕੇ ਕੱਢਦੀ ਹੈ। ਹਾਂ, ਤੇਲ ਆਉਣਾ ਸ਼ੁਰੂ ਹੋ ਗਿਆ। ਆਹ ਤੇਲ ਆਉਣਾ ਸ਼ੁਰੂ ਹੋ ਗਿਆ, ਔਰ ਸਪੀਡ ਦੇਖੋ ਕਿੰਨੀ ਹੈ, 19 ਦੀ ਹੈ। ਇਹ ਦੇਖੋ ਹੁਣ ਅਸੀਂ ਇਹਨੂੰ ਸਾਫ਼ ਕਰਕੇ ਨੋਜ਼ਲ ਲਾ ਦੇਣੀ ਹੈ। ਸਹੀ, ਇੱਕ ਦਫ਼ਾ ਰੋਕੋ ਜੀ, ਉੱਥੇ ਆ ਚੁੱਕੇ ਮਾਲ ਹੋ ਮੇਰੇ ਵਿੱਚ।
ਨਿਊਜ਼ ਦਾ ਲਾਣ ਦਾ ਕੀ ਮਕਸਦ ਹੁੰਦਾ ਬਈ? ਉਹ ਤਾਂ ਲਾਣ ਨਾਲ ਐਵਰੇਜ ਵੱਧ ਜਾਂਦੀ ਹੈ ਤੇ ਫਿਰ ਬਿਲਕੁਲ ਬਰੀਕ ਲਾ ਕੇ ਕੱਟ ਪਹਿਲੇ ਮੋਟੀ ਨਾ ਹੋਣਾ ਨਹੀਂ ਪਹਿਲੀ ਮੋਟੀ ਨਾ ਪਹਿਲਾਂ ਲਾਈ ਜਿਹੜੀ ਗੱਲਬਾਤ ਕਰੀਏ ਜਿਹੜਾ ਆਉਣ ਦੇ ਆਉਣਾ ਸਵਾਦ ਆ ਦੇਖੋ ਬਰੀਕ ਨੂੰ ਤਾਂ ਲਾਉਣ ਨਾਲ ਇਹ ਹੋਇਆ ਕਿ ਖਾਲਸ ਪਾ ਕੇ ਕੱਢ ਰਹੀ ਕੋਈ ਤੇਲ ਨਹੀਂ ਕੋਈ ਸਪੀਡ ਦੇਤੀ ਇਹ ਦੇਖ ਲਓ ਲੇਕਿਨ ਅਸੀਂ ਇਹਨੂੰ ਘੱਟ 'ਤੇ ਹੀ ਚਲਾਉਣਾ ਚਾਹੀਦਾ ਹੈ ਆਪ ਵੀ ਸੁੱਖ ਅਤੇ ਮਸ਼ੀਨ ਵੀ ਸੁੱਖ 'ਚ ਉਸ ਤੋਂ ਬਾਅਦ ਤੁਹਾਨੂੰ ਗਰੀ ਦਾ ਤੇਲ ਕੱਢ ਕੇ ਵਿਖਾਵਾਂਗੇ ਠੀਕ ਆ ਇਹ ਵੇਖ ਕੋਈ ਤੇਲ ਦੀ ਨਮੀ ਨਹੀਂ ਕੋਈ ਸ਼ੈ ਨਹੀਂ ਦੇਖ ਲਓ ਲਿਆ ਬੰਦ ਕਰ ਦਿਓ ਬੰਦ ਕਰ ਦਿਓ ਆਹ ਸਾਫ਼ ਇਹ ਦੇਖੋ ਹੁਣ ਸਭ ਤੋਂ ਬਰੀਕ ਲਾਤੀ ਇਹ ਬਰੀਕ ਲਾਉਣ ਨਾਲ ਇਹ ਹੋ ਜਾਂਦਾ ਇਹਦੀ ਐਵਰੇਜ ਵੱਧ ਜਾਂਦੀ ਇਹਦੇ ਪੱਲੇ ਕੁਛ ਵੀ ਨਹੀਂ ਬਚਦਾ ਹੁਣ ਹੱਥ ਨਾਲ ਵੀ ਨਹੀਂ ਫਿਰਦੀ ਪਈ ਸਹੀ ਇਹ ਜਿਸ ਤਰ੍ਹਾਂ ਦੀ ਜਿੰਨੀ ਕੀਮਤ ਦੀ ਮਸ਼ੀਨ ਤਿਆਰ ਕਰਵਾਉਣਾ ਚਾਹੋ ਤੁਸੀਂ ਕਰਵਾ ਸਕਦੇ ਹੋ ਉਹ ਦੇਖੋ ਕਿੰਨੀ ਚੱਲੀ ਆ ਠੀਕ ਹੈ ਅਤੇ ਉੱਧਰ ਤੇਲ ਦੀ ਐਵਰੇਜ ਦੇਖੋ ਮਾਸ਼ਾਅੱਲਾ ਇਹ ਮੋਟੀ 'ਤੇ ਕੱਢੀ ਸੀ ਪਹਿਲਾਂ ਠੀਕ ਹੋ ਗਿਆ ਇਹ ਬਰੀਕ 'ਤੇ ਕੱਢੀ ਹੈ ਹੀਟਰ ਫਿਰ ਬੰਦ ਕਰ ਦੇਈਦਾ ਇਹ ਦੇਖੋ ਨਾ ਹੀਟਰ ਹੁਣ ਚਲਾਦਾ ਦੇਖੋ ਇੱਕ ਮਿੰਟ ਇੱਥੇ ਹੁਣ ਚਲਾਉਂਦਾ ਪਿਆ ਨਾ ਵੀ 60 ਅਤੇ 75 'ਤੇ ਆ ਫਿਰ ਇਹਨੂੰ ਬੰਦ ਕਰ ਦੇਈਦਾ ਹੀਟਰ ਨੂੰ ਬਸ ਇੱਕ ਵਾਰ ਹੀਟ ਦੇਣੀ ਹੁੰਦੀ ਬਸ ਇੱਕ ਵਾਰ ਬਿਜਲੀ ਨਾ ਹੋਣ ਦੇ ਬਰਾਬਰ ਖਰਚ ਸਪੀਡ ਵਧਾਓ ਸਪੀਡ ਵਧੀ ਇੱਧਰ ਵੀ ਦਿਖਾ ਇੱਧਰ ਵੀ ਦਿਖਾ ਆ ਦੇਖ ਤੇਲ ਦੇ ਵੀ ਦੇਖ ਇੱਧਰ ਦੇਖ ਉਂਗਲ ਨਹੀਂ ਸਾੜਦੀ ਦੇਖੋ ਉਂਗਲ ਨਹੀਂ ਸਾੜਦੀ ਠੰਡਾ ਤੇਲ ਗੋਲ ਪ੍ਰੈਸ ਖਲ ਵੀ ਦੇਖੋ ਸਪੀਡ ਹਾਂ ਸਪੀਡ ਘਟਾਉਣ ਲੱਗੇ ਹਾਂ ਸਪੀਡ ਘਟਾ ਦਿਓ ਸਕੂਨ ਨਾਲ ਕੱਢਣ ਦਿਓ ਤੇਲ ਕੈਮਰੇ ਦੇ ਮੁੜ ਕੇ ਵਧਣ ਦਿਖਾਵਾਂਗੇ ਨਾ ਇਹ ਜਿਹੜਾ ਪੱਖਾ ਲੱਗਿਆ ਇਹਨੂੰ ਠੰਡਾ ਰੱਖ ਅਤੇ ਘੱਟ ਸਪੀਡ 'ਤੇ ਮਾਸ਼ਾਅੱਲਾ ਦੇਖ ਲਾ ਕਿੰਨੀ ਦੇਰ 'ਚ ਕੱਢ ਦਿੱਤਾ ਔਰ ਮਜ਼ੇ ਦੀ ਗੱਲ ਚੱਕਣ ਲੱਗ ਮਜ਼ੇ ਦੀ ਗੱਲ ਆ ਮੈਲ ਕੋਈ ਨਹੀਂ ਗੀ ਇੱਕ ਹੁੰਦੀ ਨਾ ਤੇਲ 'ਚ ਮੈਲ ਉਹ ਮੈਲ ਕੋਈ ਨਹੀਂ ਗੀ ਆ ਦੇਖੋ ਜਿੱਦਾਂ ਮਰਜ਼ੀ ਹੱਥ ਪਾ ਦਿਓ ਇਹ ਦੇਖੋ ਇੱਕ ਹੁੰਦਾ ਗਰਮ ਨਹੀਂ ਕੋਈ ਇੱਦਾਂ ਦੀ ਚੀਜ਼ ਨਹੀਂ ਹੋ ਗਿਆ ਜੀ ਆ ਦੇ ਪੱਥਰ ਬਣਾ ਨੌ ਗ੍ਰਾਮ ਤੇਲ ਦਾ ਵਜ਼ਨ ਯਾਨੀ ਕਿ ਕਿਲੋ ਦੇ ਲਗਭਗ ਆ 3 ਕਿਲੋ 'ਚ ਹਾਂ 1 ਕਿਲੋ ਅਤੇ 56 ਗ੍ਰਾਮ ਇਹਦਾ ਕੋਲੇ ਦਾ ਵਜ਼ਨ ਸਹੀ ਮਾਸ਼ਾਅੱਲਾ ਐਵਰੇਜ ਰੱਜ ਕੇ ਐਵਰੇਜ ਦਿੱਤੀ 3 ਕਿਲੋ 'ਚ ਯਾਨੀ ਕਿ ਕਿਲੋ ਨਿਕਲਿਆ ਹਾਂ 1 ਕਿਲੋ ਨਿਕਲਿਆ